ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਟੂ ਦਾ ਚੈਨਲ ਆਰਟ ਆਰਗਿਟ ਕ੍ਰੀਏਸ਼ਨ। ਅੱਜ ਆਪਾਂ ਬਣਾਵਾਂਗੇ ਸੈਲਡ। ਸਭ ਤੋਂ ਪਹਿਲਾਂ ਆਪਾਂ ਮੱਕੀ ਨੂੰ ਇਸ ਤਰ੍ਹਾਂ ਛਿੱਲਾਂਗੇ। ਇਹ ਬਿਲਕੁਲ ਆਸਾਨ ਤਰੀਕਾ ਹੈ ਮੱਕੀ ਨੂੰ ਛਿੱਲਣ ਦਾ। ਇਸ ਤਰ੍ਹਾਂ ਇੱਕ ਤਾਂ ਫਟਾਫਟ ਛਿੱਲੀ ਜਾਂਦੀ ਹੈ, ਅਤੇ ਦੂਸਰੀ ਜਿਹੜੀ ਪੈਕਟ ਵਿੱਚ ਬੰਦ ਆਉਂਦੀ ਹੈ ਉਹ ਇੱਕ ਤਾਂ ਕਈ ਦਿਨਾਂ ਦੀ ਹੁੰਦੀ ਹੈ, ਅਤੇ ਦੂਸਰੀ ਮਹਿੰਗੀ ਵੀ ਬਹੁਤ ਹੁੰਦੀ ਹੈ। ਅਤੇ ਆਪਾਂ ਇਸ ਤਰ੍ਹਾਂ ਮੱਕੀ ਨੂੰ ਘਰ ਛਿੱਲ ਕੇ ਨਾ ਇਹਨੂੰ ਥੋੜ੍ਹਾ ਜਿਹਾ ਬੋਇਲ ਕਰ ਲਵਾਂਗੇ। ਔਰ ਉਸ ਤੋਂ ਬਾਅਦ ਮੈਂ ਪਨੀਰ ਵੀ ਘਰ ਬਣਾਇਆ ਹੈ। ਮੈਂ ਚੁਕੰਦਰ ਅਤੇ ਗਾਜਰਾਂ ਨੂੰ ਕਸ਼ ਕਰ ਲਿਆ, ਖੀਰੇ ਵੀ ਕੱਟ ਲਿਆ ਬਰੀਕ, ਧਨੀਆ, ਟਮਾਟਰ ਅਤੇ ਲੈਮਨ ਜੂਸ ਅਤੇ ਮੱਕੀ ਦੇ ਦਾਣੇ। ਅਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰਾਂਗੇ। ਸਭ ਤੋਂ ਪਹਿਲਾਂ ਮੈਂ ਖੀਰੇ ਅਤੇ ਟਮਾਟਰ ਪਾਏ ਹੈ, ਫਿਰ ਉਸ ਤੋਂ ਬਾਅਦ ਗਾਜਰ ਅਤੇ ਚੁਕੰਦਰ ਜਿਹੜੇ ਕਸ਼ ਕਰੇ ਹੋਏ ਨੇ ਆਪਾਂ ਉਹ ਪਾ ਲਵਾਂਗੇ। ਮੱਕੀ ਦੇ ਦਾਣੇ ਅਤੇ ਪਨੀਰ ਪਾ ਕੇ ਉਸਦੇ ਉੱਪਰ ਲੈਮਨ ਜੂਸ ਪਾ ਦੇਵਾਂਗੇ। ਫਿਰ ਭੁੰਨਿਆ ਹੋਇਆ ਜੀਰਾ, ਕਾਲੀ ਮਿਰਚ, ਨਮਕ ਅਤੇ ਧਨੀਆ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਸਾਰਿਆਂ ਨੂੰ। ਅਤੇ ਸੈਲਡ ਤਿਆਰ ਹੈ। ਇਹ ਹੈਲਥ ਲਈ ਬਹੁਤ ਹੀ ਵਧੀਆ ਹੁੰਦਾ, ਅਤੇ ਇਹਦੇ ਨਾਲ ਬੱਚਿਆਂ ਦੇ ਵਿੱਚ ਪ੍ਰੋਟੀਨ ਅਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ। ਵੀਡੀਓ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ।